Her ruku ਐਵੇਂ ਖਿਆਲੀ ਬੁਲਾਉਣਾ ਪਕਾਵੇ ਹਾਜ਼ਰ ਹੋ ਕੇ ਵੇਖੇ ਕਿਹਦੇ ਅੱਗੇ ਹੱਥ ਬੰਨ ਕੇ ਖਲੋਤਾ ਆ ਥਾਂ ਉਹਦੀ ਰਜ਼ਾ ਲਈ ਹੁਣ ਮੈਂ ਰੁਕੂ ਟੁੱਟ ਗਿਆ ਫਿਰ ਵੀ ਦਿਲ ਨੇ ਸਕੂਨ ਨਾ ਪਾਇਆ ਤੇ ਮੂੰਹਲੇ ਮੂੰਹ ਸਜਦੇ ਜਾ ਪਿਆ ਦੁਆ ਵਾ ਸੁਭਾਨ ਅੱਲਾਹ ਦੀ ਜ਼ਾਤ ਪਾਕ ਜਾਣਦੀ ਹੈ ਜੇ ਕੁਝ ਆਇਆ ਲੇਕਿਨ ਫਿਰ ਕਬੂਲ ਕਰਦਾ ਚੋਰ ਨੇ ਚੋਰੀ ਕੀਤੀ ਘਰ ਵਾਲੇ ਮਗਰ ਲੱਗ ਗਏ ਰਾਤ ਦਾ ਹਿੱਸਾ ਸੀ ਮਸੀਤ ਕੋ 4 ਫੁੱਟ ਕੰਧ ਸੀ ਮਾਰ ਕੇ ਛਾਲ ਅੰਦਰ ਗਿਆ ਗੰਦੜੀ ਨੇੜੇ ਚ ਉਧਰ ਥੋੜ ਛੜੀ ਤੇ ਉਹ ਕਰਕੇ ਖਲੋ ਗਿਆ 2 ਭਰਾ ਸਨ ਜਿਹੜੇ ਪਿੱਛੇ ਲੱਗੇ ਆਖਣ ਲੱਗੇ ਐ ਹੀ ਹੋਇਆ ਇਹ ਆਖ ਲਾ ਪਿਛਾ ਹਟ ਇਹਨਾਂ ਨੂੰ ਨਾ ਛੇੜੀ ਤੂੰ ਵੀ ਜੇ ਧਜਤ ਪੜ ਦੇ ਉਹ ਨਿਕਲ ਗਿਆ ਹੀ ਬਾਹਰ ਨਿਕਲਣਾ ਜਾਊ 2 ਛਾਲਾਂ ਮਾਰ ਕੇ ਬਾਹਰ ਨਿਕਲ ਗਏ ਆਂਦਾ ਬੇਜ਼ੌਕ ਨਾ ਹੋਵੇ ਬੇਅਮਲ ਬਿਸ਼ੱਕ ਹੋਵੇ ਬੇਹਯਾ ਨਾ ਹੋਵੇ ਚੋਰ ਜਿਹੜਾ ਸੀ ਬਾਜ਼ੌਕ ਸੀ ਹੱਥ ਬੰਨ ਕੇ ਖਲੋਤਾ ਆਇਆ ਸੀ ਜਿਹੜੇ ਵੇਖਿਆ ਨਿਕਲ ਗਏ ਨੇ ਮੂੰਹਲੇ ਮੂੰਹ ਸਜਦੇ ਜਾ ਪਿਆ ਤੇ ਆਖਣ ਲੱਗਾ ਤੇਰੀ ਜ਼ਾਤ ਤੋਂ ਕੁਰਬਾਨ ਜਾ ਤੇਰੇ ਸਾਹਮਣੇ ਬਗੈਰ ਬੂਜੂਓ ਤੇ ਝੂਠੀ ਮੂਠੀ ਖਲੋਈਏ ਤੇ ਤਾਂ ਵੀ ਬਚਾ ਲੈਣਾ ਉਹ ਝੂਠੀ ਮੂਠੀ ਖਲੋਤੇ ਮੇਰੇ ਜਿਹਾ ਵੀ ਬਚਾਉਂਦੇ ਆਈ ਕਿਉਂ ਜੀ ਜਬ ਇਤਨੀ ਬੇਵਫਾਈ ਪਰ ਵੀ ਹਮਸੇ ਪਿਆਰ ਕਰਤੇ ਹੋ ਸਾਰਾ ਹੀ ਦਿਨ ਯਾਰ ਉਹਦੇ ਮੁਖਾਲਫ ਚੱਲਣਾ ਤੇ ਸ਼ਾਮ ਨੂੰ ਉਹਦੇ ਦਸਤਰਖਾਨ ਤੇ ਬਹਿ ਕੇ ਆਂਡੇ ਪੀਣੇ ਤੇ ਪਰੌਂਠੇ ਖਾਣੇ ਤੇ ਚਾਹ ਪੀਣੀਆਂ ਇਹ ਉਹਦਾ ਹੀ ਕੰਮ ਹੈ ਜਬ ਇਤਨੀ ਬੇਵਫਾਈ ਪਰ ਵੀ ਹਮਸੇ ਪਿਆਰ ਕਰਤੇ ਹੋ ਖੁਦਾਵੰਦ ਦਾ ਅਗਰ ਹਮ ਬਾਵਫਾ ਹੋਤੇ ਤੋ ਕਿਆ ਹੋਤਾ ਜੇ ਅਸੀਂ ਸੱਜੀ ਮੂਜੀ ਦੇ ਹੁੰਦੇ ਤੇ ਹੋਰੇ ਕੀ ਲੱਗਦਾ ਉਹ ਰੂਪੀਆ ਹੋਇਆ ਕਈ ਕਈ 100 ਇਕੱਠੇ ਕਰ ਲੈਂਦੇ ਨੇ ਤੇ ਜੇ ਰੂਪ ਵਾਲਾ ਹੁੰਦਾ ਤੇ ਸ਼ਾਮ ਨੂੰ ਬਰੂਪੀਏ ਕਈ 100 ਰੁਪਇਆ ਇਕੱਠਾ ਕਰਦੇ ਸਜਦੇ ਜਾ ਪਿਆ ਫਿਰ ਉੱਠ ਕੇ ਬਹਿ ਜਾਂਦਾ ਫਿਰ ਚੈਨ ਨਹੀਂ ਪਾਉਂਦਾ ਫਿਰ ਸਜਦੇ ਪੈ ਜਾਂਦਾ ਫਿਰ ਉੱਠ ਕੇ ਬਹਿ ਜਾਂਦਾ ਫਿਰ ਹੱਥ ਬੰਨਣ ਦੀ ਲਾਜ ਹੋਰੇ ਰੱਖ ਲੈ ਹੱਥ ਬੰਨ ਕੇ ਅਤਾ ਯਾਦ ਤੇ ਫਿਰ ਉਡੀਕਾ ਰੱਖ ਕੇ ਬਹਿ ਜਾਂਦਾ ਇਹੋ ਜਿਹੀ ਪੜ੍ਹਾਂ ਪਤਾ ਅਤਾ ਯਾਦ ਕੀ ਏ ਉਡੀਕਾਂ ਰੱਖ ਕੇ ਤੇ ਉਡੀਕਾਂ ਇੰਤਜ਼ਾਰ ਕਰਨਾ ਉਹਦੇ ਕਰਮ ਦਾ ਉਹਦੇ ਉਹਦੇ ਫਜ਼ਲ ਦਾ ਉਹਦੇ ਧਿਆਨ ਦਾ ਵਾ ਯਕੀਮੂਨ ਸਲਾਤ ਵਾ ਮਿਮਾ ਰਜ਼ਕ ਨਾ ਹੁਮ ਯੁਨਫਿਕੂਨ ਤੇ ਜਿਹੜਾ ਅਸਾਂ ਕਮਾਲ ਕਰ ਦਿੱਤੀ ਸੂਝ ਹੋਵੇ ਜੇ ਬੂਝ ਵੀ ਹੋਵੇ ਸੂਝ ਹੋਵੇ ਤੇ ਬੂਝ ਹੋਵੇ ਨਾ ਜਿਹੜਾ ਇਸ ਸਵਾਦ ਲਿਓ ਇਹਦੇ ਵਿੱਚੋਂ ਮਿਮਾ ਰਜ਼ਕ ਨਾ ਹੁਮ ਯੁਨਫਿਕੂਨ ਇਹ ਨਹੀਂ ਆਖਿਆ ਖਰਚ ਕਰ ਕੁਰਬਾਨੀ ਦੇ ਪੈਸਿਆਂ ਵਿੱਚੋਂ ਜ਼ਕਾਤ ਦੇ ਪੈਸਿਆਂ ਵਿੱਚੋਂ ਅੱਜ ਕੱਲ ਪੈਸਿਆਂ ਵਿੱਚੋਂ ਇਹ ਨਹੀਂ ਆਖਿਆ ਇਹ ਆਉਂਦੇ ਤੇ ਸਵਾਦ ਨਹੀਂ ਸੀ ਫਿਰ ਆਉਣਾ ਸਵਾਦ ਕਿੱਥੋਂ ਆਇਆ ਮਿਮਾ ਰਜ਼ਕ ਨਾ ਹੁਮ ਯੁਨਫਿਕੂਨ ਉਹ ਜੋ ਕੁਝ ਅਸਾਂ ਤੁਹਾਨੂੰ ਦਿੱਤਾ ਹੈ ਉਹਦੇ ਵਿੱਚੋਂ ਕਰੋ ਮਤਲਬ ਇਹ ਵੀ ਤੇਰਾ ਨਹੀਂ ਹੈ ਮੇਰਾ ਪਰ ਤੇਰੀ ਹੱਥੀ ਦੁਆ ਕੇ ਤੇ ਸਵਾਬ ਤੈਨੂੰ ਮਾਲ ਮੇਰਾ ਤੇ ਨਫਾ ਤੇਰਾ ਪੈਸੇ ਮੇਰੇ ਖਰਚ ਕੀਤੇ ਤੇ ਅੱਜ ਦਾ ਸਵਾਬ ਤੈਨੂੰ
ہمیں معذرہ کا نام یوں کیا شان ہے اے گل کدے اے جڑے اللہ دے فرما معذرہ چہرے سامنے بیٹھے ہو غور کرو اے گل اگر خیال چ آ جائے بھی پیسے میرے نہیں تے پھر دریگ بنڈن لگے ہوندا ہی نہیں جی آسی جا میں قدم میرے نے میں بھی تیرا تے اے بھی تیرا تے اے بھی تیرا لین والا بھی تیرا دین والا بھی تیرا تے مال بھی تیرا تے میں کون ہاں وچ سبحان اللہ الذین ينفقون اموالا الذین ينفقون باللیل رات نو والنہار دن نو او لوگ کی کردے نے جڑے میرے نے الذین ينفقون اموالا مال خرچ کردے نے تفصیل چاہندا باللیل راتاں وچ والنہار سرن پوشیدہ والانیتن زاری کی وقت ہے جی پونے دو بجے اوہ سواد آن لگاتے ہے ویڑا ہی لنگ گیا علامہ صاحب آتے نے چھپ باندھے سن پہ پیالے پیاندے سن پہ جل میری واری آئی نہ ہے تو آتے نے نا اٹھو اٹھو جی دوجی چونکی بہن دیو ایک چونکی اسی ہیں ایک ساڈے پیو دادے پہلی چونکی ہو گئی ہے کیا فرمایا فرماتے نے وہ محفل لٹ گئی ساقی جو مجھ تک دور جام آیا جلد پیالہ میرے تک آیا تو آخر لگے اٹھو اٹھو جی بھائی نذیر احمد جی اٹھو ہوں چڈو واہ واہ وہ محفل لٹ گئی ساقی جو مجھ تک دور جام آیا راتی بھی خرچ کر دینے دن بھی کر ہوں میری نظر کی کمزوری نال دعا کرو ٹھیک ہو جائے آ جائیں گے پھر باہر کے دن رحمت کردگار کے دن جڑا خزاں لے آؤں وہ باہر بھی لے آؤں